ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਸਚ ਧੰਨ ਗੁਰੂ ਨਾਨਕ 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 ਨਾਮ ਦਾ ਪ੍ਰਤਾਪ ਨਾਮ ਦੀ ਮਹਿਮਾ ਸਭ ਤੋਂ ਵੱਡੀ ਚੌ ਯੁੱਗਾਂ ਦਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਵੇਖ ਨਿਧਾਨਾ ਪੜਿਓ ਜੀ ਚੌ ਯੁੱਗਾਂ ਦਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ ਜੋ ਗੁਰੂ ਸਾਹਿਬ ਨੇ ਬਾਣੀ 'ਚ ਕਿਹਾ ਨਾ ਉਹ ਹੀ ਆਪਾਂ ਵਿਚਾਰ ਕਰਨੀ ਗੁਰਬਾਣੀ ਵਿਚਾਰ ਗੁਰਸਿੱਖਾਂ ਮਨ ਭਾਈਆਂ ਗੁਰਬਾਣੀ ਵਿਚਾਰ ਬੜੇ ਚਹੋ ਯੁੱਗਾਂ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ ਮਿਲ ਗਈ ਇੱਧਰ ਵੀ ਦੇ ਦਿਓ ਚੌ ਯੁਗਾਂ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ ਜਤ ਸੰਜਮ ਤੀਰਥ ਉਹਨਾਂ ਯੁਗਾਂ ਕਾ ਧਰਮ ਹੈ ਇਹ ਮੁੜ ਤੋਂ ਹੀ ਪੜਿਓ ਜਾਂ ਪਹਿਲੇ ਇਹ ਪੜ੍ਹ ਦਿਓ ਜਤ ਸੰਜਮ ਤੀਰਥ ਉਹਨਾਂ ਯੁਗਾਂ ਕਾ ਧਰਮ ਹੈ ਕਲ ਮੈਂ ਕਿਰਤ ਇੱਥੇ ਬੈਠ ਜਾ ਇੱਥੇ ਬੈਠ ਜਾ ਥੱਲੇ ਸੰਗਤ ਇੱਥੇ ਬੈਠ ਜਾ ਸਾਹਮਣੇ ਇੱਧਰ ਬੈਠ ਜਾ ਸਾਹਮਣੇ ਬੈਠ ਜਾ ਚਾਰ ਯੁੱਗ ਹੋਏ ਨੇ
ਸਤਯੁਗ ਤ੍ਰੇਤਾ ਦੁਆਪਰ ਕਲਯੁਗ ਉਤਮ ਯੁੱਗਾ ਮਾਹੀ। ਇੱਕ ਤਾਂ ਇਹ ਕਲਯੁਗ ਹੈ, ਸਤਯੁਗ ਵਿੱਚ ਫਲ ਥੋੜ੍ਹਾ ਸੀ, ਤ੍ਰੇਤੇ ਦੁਆਪਰ ਵਿੱਚ ਥੋੜ੍ਹਾ ਜਿਹਾ ਵਧੀਆ, ਕਲਯੁਗ ਵਿੱਚ 100% ਫਲ ਹੈ ਨਾਮ ਦਾ। ਉਹਨਾਂ ਯੁੱਗਾਂ ਦਾ ਜਿਹੜਾ ਸੀ ਜਤ ਸੰਜਮ ਤੀਰਥ, ਹੁਣ ਜਤ ਰੱਖਣਾ ਸੰਜਮ ਦਾ ਖਾਣਾ ਪੀਣਾ, ਤੀਰਥ ਯਾਤਰਾ ਕਰਨੀ, ਉਹਨਾਂ ਯੁੱਗਾਂ ਦਾ ਧਰਮ ਸੀ। ਲੋਕ ਹੁਣ ਕਰਦੇ ਫਿਰਦੇ ਕਹਿੰਦੇ ਕਲਯੁਗ ਵਿੱਚ ਕੀਰਤਨ ਹਰੀ ਦੇ ਨਾਮ ਦਾ ਜਸ ਹੈ। ਤੁਸੀਂ ਕਿਤੇ ਵੀ ਜਾਵੋ, ਅੰਮ੍ਰਿਤਸਰ, ਹਜੂਰ ਸਾਹਿਬ, ਹੇਮਕੁੰਟ ਸਾਹਿਬ, ਭਾਵੇਂ ਨਾਨਕਸਰ ਵੀ ਜਾਓ, ਪਰ ਸਾਨੂੰ ਇਹ ਲੱਗਦਾ ਹੈ ਕਿ ਜਿਹੜਾ ਇੱਥੇ ਬਹਿ ਕੇ ਕੀਰਤਨ ਗੁਰੂ ਸਾਹਿਬ ਕੋਲ ਕਰੇਗਾ ਨਾ, ਉਹਨੂੰ ਫਲ ਵੱਧ ਮਿਲੇਗਾ। ਫਲ ਇਹ ਕੀਰਤਨ ਦਾ ਹੀ, ਉੱਥੇ ਜਾ ਕੇ ਕਈ ਵਾਰੀ ਬੰਦਾ ਆਉਂਦਿਆਂ ਜਾਂਦਿਆਂ ਥੁੜਕ ਜਾਂਦਾ, ਇਹ ਤਾਂ ਤੁਸੀਂ ਆਪ ਹੀ ਛੇਤੀ ਜਾਣਾ। ਇੱਥੇ ਆਣ ਕੇ ਕੀਰਤਨ ਹਰ ਜਸ ਜੁੜਨਾ ਹੈ। ਇਹਦੇ ਵਿੱਚ ਕਲਯੁਗ ਮੇ ਕੀਰਤਨ ਉਹ ਹਰੀ ਨਾਮ ਦਾ, ਗਾਣਿਆਂ ਦਾ ਨਹੀਂ ਜਾਂ ਹੋਰ ਕੋਈ ਨਹੀਂ, ਕੀਰਤਨ ਦਾ ਅਤੇ ਹਰੀ ਨਾਮ ਦਾ ਜਿਹੜਾ ਬਾਪੂ ਜੀ ਨੇ ਸ਼ੁਰੂ ਕੀਤਾ, ਕਿਰਪਾ ਕੀਤੀ, ਬਾਬਾ ਜੀ ਨੇ ਸ਼ੁਰੂ ਕਰਾਇਆ ਸੀ ਜਪਜੀ ਸਾਹਿਬ ਪਾਠ, ਸ਼ਬਦ ਹਜ਼ਾਰੇ ਅਤੇ ਸੁਖਮਨੀ ਸਾਹਿਬ। ਬਾਬਾ ਜੀ ਕਹਿੰਦੇ ਸੀ ਜੇ ਨਾਲ ਕਥਾ ਵੀ ਹੋ ਜਾਏ ਨਾ ਤਾਂ ਫਿਰ ਸਾਰਾ ਕੁਝ ਹੀ ਵਿੱਚ ਆ ਗਿਆ, ਕੀਰਤਨ ਵੀ ਹੋ ਜਾਏ, ਫਿਰ ਧਾਰਨਾ ਅੱਗੇ ਪਿੱਛੇ ਨੂੰ ਆਉਂਦੇ ਸੀ ਕੀਰਤਨ ਦੀਆਂ, ਕੈਸਟ ਲਾ ਦਿੰਦੇ ਸੀ ਵੀ ਕਥਾ ਸੁਣਾਓ ਸੰਗਤਾਂ ਨੂੰ, ਕੋਈ ਬਚਨ ਇਹਨਾਂ ਦੇ ਹਿਰਦੇ 'ਚ ਵੱਸੇ। ਐਡੀ ਕੀਮਤੀ ਵਸਤੂ ਆਪਾਂ ਨੂੰ ਮਿਲ ਰਹੀ ਹੈ ਇਸ ਕਲਯੁਗ ਦੇ ਵਿੱਚ, ਇਹਦਾ ਫਲ ਗਿਣਿਆ ਨਹੀਂ ਜਾ ਸਕਦਾ। ਰੰਗ ਚੜਨਗੇ, ਗੁਣਾ ਪਾਪ ਬਖਸ਼ੇ ਜਾਣਗੇ, ਪਤਾ ਨਹੀਂ ਕਿੰਨੇ ਜਨਮਾਂ ਦੇ ਮਾੜੇ ਕਰਮ ਧੋਤੇ ਜਾਣੇ ਜਿਹੜਾ ਇਹ ਸਤਸੰਗ ਵਿੱਚ ਆਏਗਾ। ਇਹਦੇ 'ਚ ਆਉਣਾ ਪੂਰਾ ਮੁਸ਼ਕਲ ਹੈ। ਹਾਲੇ ਹਲੋ ਠੰਡੀ ਹਵਾ ਵਗਦੀ, ਸ਼ਾਇਦ ਮੀਂਹ ਮੂੰਹ ਵੀ ਆ ਜਾਵੇ ਅਤੇ ਪੂਰਾ ਜਿਨ੍ਹਾਂ ਨੇ ਰਾਤ ਰਹਿਣ ਸਬਾਈ ਕੀਤੀ, ਵਾਜੇ ਵਜਾਏ, ਤਬਲੇ ਵਜਾਏ, ਸ਼ਬਦ ਪੜ੍ਹੇ, ਮੈਂ ਤਾਂ ਉੱਥੇ ਅੰਦਰ ਬੈਠਾ ਟੀ ਵੀ 'ਤੇ ਦਰਸ਼ਨ ਕਰ ਰਿਹਾ ਸੀ, ਨਾਲ ਖੰਘ ਦਾ ਜ਼ੋਰ ਪਿਆ ਹੋਇਆ ਸੀ ਪੂਰਾ ਖਾਂਸੀ ਦਾ, ਅਤੇ ਨਾਲ ਮੈਂ ਉੱਥੇ ਬੈਠਾ ਸੁਣ ਰਿਹਾ ਸੀ।
ਕਹਿ ਰਿਹਾ ਸੀ ਮੈਂ ਬਾਬਾ ਜੀ, ਬਾਬਾ ਆਨੰਦ ਸਿੰਘ ਜੀ ਮਹਾਰਾਜ, ਬਾਬਾ ਮਾਂ ਹਰਨਾਮ ਸਿੰਘ ਜੀ, ਆ ਜਿਹੜੇ ਤੁਹਾਡੇ ਚਰਨਾਂ 'ਚ ਹਾਜ਼ਰੀਆਂ ਭਰਦੇ ਆ, ਇਹਨਾਂ ਨੂੰ ਸਦਾ ਹੀ ਜੋੜੀ ਰੱਖਿਓ, ਸਦਾ ਹੀ ਇਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਓ। ਇਹ ਤੁਹਾਡੇ ਗੁਣ ਇਵੇਂ ਹੀ ਗਾਉਂਦੇ ਰਹਿਣ। ਇਸ ਮੌਕੇ ਪਹਾੜ ਚੜ੍ਹ ਗਿਆ ਜੀ, ਸ਼ੇਅਰ ਮਾਰਕੀਟ ਪੂਰੀ ਸਿਰੇ 'ਤੇ, ਸ਼ੇਅਰ ਮਾਰਕੀਟ ਡਾਊਨ ਵੀ ਹੋ ਜਾਂਦੀ ਹੈ ਨਾ, ਅਤੇ ਜਦੋਂ ਫਿਰ ਸਿਰੇ 'ਤੇ ਪਹੁੰਚਦੀ ਹੈ ਨਾ, ਸਭ ਦੇ ਖਜ਼ਾਨੇ ਫੁੱਲ ਹੋ ਜਾਂਦੇ, ਸਬਜ਼ੀਆਂ ਦੇ ਫਸਲਾਂ ਦੇ ਭਾਅ ਡਿੱਗਦੇ ਵੀ ਨੇ, ਚੜ੍ਹਦੇ ਵੀ ਨੇ ਹਰ ਚੀਜ਼ ਦੇ, ਅਸਮਾਨਾਂ ਨੂੰ ਛੋਹਗੇ ਨੇ ਇੱਥੋਂ ਦੇ ਪਹਾੜ ਜਿਹੜੇ ਹਰੀ ਧਨ ਦੇ। ਜਿਹੜਾ ਇੱਥੇ ਆ ਕੇ ਬੈਠਦਾ ਹੈ, ਸੁਖਮਣੀ 'ਚ ਆਉਂਦਾ ਹੈ, ਰਾਤ ਨੂੰ ਰੈਣ ਸਬਾਈ 'ਚ ਬਹਿੰਦਾ ਹੈ, ਉਹਨੂੰ ਇੰਨਾ ਫਲ ਪ੍ਰਾਪਤ ਹੋ ਰਿਹਾ ਹੈ। ਬਾਬਾ ਖੇਮ ਸਿੰਘ ਜੀ ਮਹਾਰਾਜ ਇੱਕ ਵਾਰੀ ਕਹਿੰਦੇ, ਜਿਹੜੇ ਆਉਂਦੇ ਸੀ ਨਾ ਸੰਗਤ ਠੰਡ ਵਿੱਚ, ਉੱਧਰ ਕਣੀਆਂ ਪੈਣ, ਉੱਧਰ ਠੰਡ, ਉੱਧਰ ਠੱਕਾ ਪਏ ਪੂਰਾ, ਅਤੇ ਸੁਖਮਣੀ ਦਾ ਪਾਠ। ਬਾਬਾ ਜੀ ਕਹਿੰਦੇ, ਭਾਈ ਜੇ ਅਸੀਂ ਕਿਤੇ ਤੁਹਾਨੂੰ ਦੱਸ ਦਈਏ ਨਾ ਕਿ ਇਹਦਾ ਇੰਨਾ ਫੜੇ, ਤੁਸੀਂ ਤਾਂ ਫੜ ਜਾਓਗੇ, ਤੁਹਾਡੇ ਤੋਂ ਸੰਭਾਲਿਆ ਨਹੀਂ ਜਾਣਾ। ਅਸੀਂ ਤੁਹਾਡਾ ਜਿਹੜਾ ਧਨ ਹੈ ਨਾ, ਅਸੀਂ ਰੱਖ ਲੈਂਦੇ ਹਾਂ, ਬੈਂਕ 'ਚ ਪਾ ਦਿੰਦੇ ਹਾਂ ਗੁਰੂ ਨਾਨਕ ਦੇ, ਅਤੇ ਗੁਰੂ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਕਿ ਮਹਾਰਾਜ ਹੁਣ ਇਹ ਜਮ੍ਹਾਂ ਹੀ ਰੱਖਿਆ ਜੀ, ਇਹਦੀ ਵਿਆਜ ਦੇਈ ਜਾਇਆ ਜੀ, ਇਹ ਜਨਮ ਜਨਮ ਇਹ ਧਨ ਇਹਨਾਂ ਦਾ ਜਮ੍ਹਾਂ ਹੀ ਰਵੇ। ਇੱਥੇ ਗੁਰੂ ਸਾਹਿਬ ਨੇ ਚਾਰ ਯੁੱਗ ਲੈ ਕੇ ਫਿਰ ਕਲਯੁੱਗ ਨੂੰ ਵੱਡਾ ਦੱਸ ਕੇ ਫਿਰ ਇਹਦੇ ਵਿੱਚ ਕਿਹਾ ਵੀ ਜਿਹੜੇ ਆਹ ਕੀਰਤਨ ਕਰਦੇ ਆ, ਹਰ ਜਸ ਕਰਦੇ ਆ, ਇਹਦਾ ਇੰਨਾ ਫਲੇ ਜਿਹੜਾ ਕਿ ਅਸੀਂ ਸੰਭਾਲ ਨਹੀਂ ਸਕਦੇ ਬਿਨਾਂ ਗੁਰੂ ਪੂਰੇ ਤੋਂ। ਸਾਡੇ ਪੂਰੇ ਗੁਰੂ, ਪੂਰੇ ਮਹਾਂਪੁਰਸ਼, ਉਹ ਇਸ ਧਨ ਨੂੰ ਆਪਣੇ ਕਬਜ਼ੇ 'ਚ ਲੈ ਲੈਂਦੇ ਆ। ਜਿਵੇਂ ਬਾਣੀ 'ਚ ਕਿਹਾ ਨਾ ਵੀ ਵਣਜ ਕਰੋ ਵਣਜਾਰਿਓ, ਨਾਮ ਜਪੋ, ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ, ਇਹਨੂੰ ਸੰਭਾਲ ਕੇ ਰੱਖਿਓ, ਇਹ ਤੁਹਾਡਾ ਕਿਤੇ ਗੁਆਚ ਨਾ ਜਾਵੇ। ਤੁਸੀਂ ਕੋਈ ਨਿੰਦਿਆ ਚੁਗਲੀ ਖਾਣਾ ਕਰ ਬੈਠੋ, ਕਿਸੇ ਨਾਲ ਲੜਨਾ ਪਿਆ ਜੀ, ਇਹਨੂੰ ਸੰਭਾਲ ਕੇ ਰੱਖਿਓ, ਅਤੇ ਉਹ ਵਣਜ ਕਰਿਓ ਜਿਹੜਾ ਤੁਹਾਡੇ ਨਾਲ ਜਾਵੇ। ਇੱਥੇ ਵੀ ਜਿਹੜੀ ਚੀਜ਼ ਨਾਲ ਨਹੀਂ ਜਾਣੀ ਉਹ ਨਾ ਵਣਜ ਕਰਿਆ ਜੀ। ਜੈਸੀ ਨਿਭ ਕਹਿੰਦੇ, ਅੱਗੇ ਸਾਹੋ ਸਜਾਣ ਹੈ ਲੈਸੀ ਵਸਤ ਸੰਭਾਲ, ਤੁਹਾਡੇ ਸਾਰੇ ਧਨ ਨੂੰ ਆਪਣਾ ਮੁਰਸ਼ਦ ਗੁਰੂ ਸਭ ਤੋਂ ਵੱਡਾ ਸਤਿਗੁਰੂ ਨਾਨਕ ਸੰਭਾਲ ਲਵੇਗਾ ਸਾਰਿਆਂ ਦੇ ਧਨ ਨੂੰ।
ਗੁਰੂ ਨਾਨਕ ਸਾਹਿਬ ਸੰਭਾਲ ਲੈਣਗੇ। ਬਾਬਾ ਆਨੰਦ ਸਿੰਘ ਜੀ ਮਹਾਰਾਜ ਵੇਲੇ ਜਿਹੜੇ ਸੇਵਕ ਸੀ ਨਾ, ਜਿਹੜੇ ਬਾਬੇ ਮਹਾਨਾਮ ਸਿੰਘ ਵੇਲੇ ਸੀ, ਕਰਾਮਾਤੀ ਸੀ ਸੇਵਕ, ਉਹ ਕੋਈ ਤਾਂ ਕੋਈ ਉਹਨਾਂ ਤੋਂ ਕਰਵਾ ਲੈਂਦੇ ਸੀ। ਬਾਬਾ ਨਾਮ ਜਪਾ ਰਹੇ ਹਾਂ, ਇਹ ਨਹੀਂ ਮਿਲਣਾ, ਬਾਕੀ ਸਭ ਕੁਝ ਮਿਲੀ ਜਾਏ। ਇਹ ਤਾਂ ਇੱਥੇ ਸੰਗਤ ਵਿੱਚ ਹੀ ਵੰਡਿਆ ਜਾਂਦਾ। ਬਾਬੇ ਨਾਨਕ ਦੀ ਸੰਗਤ ਹੀ ਇਹ, ਪੜ੍ਹੋ ਸਤਿਗੁਰੂ ਬਾਣੀ। ਸੰਗਤ ਗੁਰ ਨਾਨਕ ਵਾਲੀ ਕੋਈ ਜਾਵੇ ਨਾ ਖਾਲੀ, ਚੋਲੀਆਂ ਭਰਿਓ ਜੀ ਜਰੂਰ। ਸੰਗਤ ਗੁਰ ਨਾਨਕ ਵਾਲੀ ਕੋਈ ਜਾਵੇ ਨਾ ਖਾਲੀ, ਚੋਲੀਆਂ ਭਰਿਓ ਜੀ ਜਰੂਰ। ਪਰ ਦਿਓ ਸਖਣੀ
ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਕੋਈ ਮੈਂ ਕੋਲੋਂ ਗੱਲਾਂ ਬਣਾ ਕੇ ਨਹੀਂ ਕਹਿ ਰਿਹਾ, ਉਹ ਕਹਿ ਰਿਹਾ ਜਿਹੜੀਆਂ ਗੁਰੂ ਸਾਹਿਬ ਨੇ ਕਹੀਆਂ ਨੇ। ਸਾਰੇ ਯੁੱਗਾਂ ਦਾ ਆਪਦਾ ਆਪਦਾ ਧਰਮ ਹੈ, ਪੜ੍ਹ ਕੇ ਵੇਖ ਲਓ, ਪ੍ਰਾਣ ਵੇਦ ਸਾਰਾ ਕੁਛ। ਅੱਗੇ ਜੀ, ਗੁਰਮੁਖ ਜਿਨੀ ਤਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ। ਹਰ ਆਦਮੀ ਦੀ ਦੌੜ ਹੈ ਕਿ ਮੈਂ ਦੁਨੀਆਂ ਚੋਂ ਇੱਕ ਵੱਖਰਾ ਬੰਦਾ ਬਣਾ, ਮੇਰੀਆਂ ਕਾਰਾਂ ਗੱਡੀਆਂ ਕੋਠੀਆਂ ਕਾਰੋਬਾਰ, ਇੱਕ ਗਿਣਤੀ ਦਾ ਮੈਂ ਧਿਆਨ 'ਚ ਹੋਵਾਂ ਲੋਕਾਂ ਦੇ, ਵੀ ਆਹ ਬੰਦਾ ਹੈ ਲੁਧਿਆਣੇ 'ਚ, ਆਹ ਬੰਦਾ ਹੈ ਸਾਰੇ ਸੰਸਾਰ 'ਚ, ਇਹ ਬੰਦਾ ਹਿੰਦੁਸਤਾਨ ਦਾ ਸਿਰਮੋਹਰ ਹੈ। ਕਹਿੰਦੇ ਜੇ ਤੁਸੀਂ ਵਿਸ਼ੇਸ਼ ਬੰਦੇ ਬਣਨਾ ਹੈ ਨਾ, ਕਹਿੰਦੇ ਪੂਰੇ ਪ੍ਰਵਾਨ, ਪੂਰੇ ਜਿਨ੍ਹਾਂ ਨੇ ਧਿਆਇਆ ਹਰ ਹਰ। ਅੱਗੇ ਵੀ ਇੱਕ ਦਿਨ ਅਸੀਂ ਆਏ ਸੀ ਸ਼ਾਮ ਦਾ ਕੀਰਤਨ ਕਰਨ, ਰਹਿਣ ਸਭਾਈ ਨਾਨਕ ਸਾਹਿਬ ਰੱਖੀ ਸੀ, ਅੱਜ ਵੀ ਅਸੀਂ ਸ਼ਾਮ ਦਾ ਹੀ ਕਰਨਾ ਸੀ। ਰਹਿਣ ਸਭਾਈ ਨਾਨਕ ਸਾਹਿਬ ਸੀ, ਫਿਰ ਜਦੋਂ ਗੁਰੂ ਸਾਹਿਬ ਦਾ ਹੁਕਮਨਾਮਾ ਲਿਆ, ਉਹਨਾਂ ਨੇ ਕਿਹਾ ਵੀ ਰਹਿਣ ਸਭਾਈ ਇੱਥੇ ਹੀ ਕਰੋ, ਉਹਨਾਂ ਦਾ ਹੁਕਮ ਹੋ ਗਿਆ। ਫਿਰ ਅਸੀਂ ਇੱਥੇ ਰੋਕੇ ਅਤੇ ਸੋਚਦਾ ਸੀ ਮੈਂ ਉੱਥੇ ਆਉਂਦੀ ਤਾਂ ਵਧੀਆ ਸੀ, ਬਾਬਾ ਜੀ ਨੇ ਗੁਰੂ ਸਾਹਿਬ ਨੇ ਇੱਥੇ ਬਿਠਾ ਤਾ। ਮੈਂ ਕਿਹਾ ਹੁਣ ਬਚਣ ਤਾਂ ਗੁਰੂ ਸਾਹਿਬ ਦਾ ਮੰਨਣਾ ਹੀ, ਜਿਨ੍ਹਾਂ ਨੇ ਧਿਆਇਆ ਹਰ ਹਰ ਉਹ ਗਿਣਤੀ ਦੇ ਬੰਦਿਆਂ ਵਿੱਚ ਹੋਣਗੇ, ਗਿਣਤੀ ਦੇ ਜਿਹੜੇ ਆਸਮ ਸੰਭਾਲਣਗੇ ਨਾ, ਤੁਸੀਂ ਹੋ ਜਾਓ, ਤੁਹਾਡੇ ਪੁੱਤਰ ਪੋਤਰੀ ਹੋ ਜਾਣ, ਸਾਰਿਆਂ ਨੂੰ ਇਹ ਕਿਰਪਾ ਮਿਲਣੀ ਹੈ, ਪੂਰੇ ਪਰਵਾਨਾ। ਜਿਹੜਾ ਪੜ੍ਹਿਓ, ਜਿਹੜਾ ਤੀਨ ਪਹਿਰ ਜਾਂ ਬੀਤੇ ਜਾਣ, ਸ਼ਾਮ ਦੇ ਜਿਹੜੇ ਤਿੰਨ ਪਹਿਰ, ਜਦੋਂ ਚੌਥਾ ਪਹਿਰਾ ਚੁਪਹਿਰਾ ਆ ਜਾਵੇ, ਚੁਪਹਿਰੇ ਅੱਜ ਲੋਕਾਂ ਨੇ ਚੱਕੇ ਹੋਏ ਨੇ, ਪਰ ਗੁਰੂ ਸਾਹਿਬ ਨੇ ਇਹ ਚੁਪਹਿਰੇ ਦੱਸੇ ਆ ਕਿ ਸ਼ਾਮ ਨੂੰ ਤੁਸੀਂ ਆ ਜਾਓ ਅਤੇ ਆ ਗੁਰੂ ਸਾਹਿਬ ਦੇ ਕੋਲ ਬਤਾਓ ਸਮਾਂ। ਗੁਰਸਿੱਖ ਰਹਿਤ ਸੁਣੋ, ਉੱਥੋਂ ਪੜ੍ਹੋ ਤੀਨ ਪਹਿਰ ਜਾਂ ਬੀਤੇ ਜਾਓ। ਦਰਸ਼ਨ ਕਰੇ ਮੇਰਾ ਪੁਨਿਆਏ, ਅਦਬ ਸਿਓ ਬੈਠ ਗੁਰੂ। ਕਿੱਥੇ ਫਿਰਦਾ ਤੂੰ, ਕੰਨਾਂ ਤੋਂ ਵੀ ਕੰਮ ਲਏ, ਮੂੰਹ ਤੋਂ ਵੀ ਲਏ। ਤੀਨ ਪਹਿਰ ਜਬ ਬੀਤੇ ਜਾ, ਜੋ ਸ਼ਾਮ ਦਾ ਸਮਾਂ ਆ ਜੇ ਨਾ, ਉਸ ਤੋਂ ਬਾਅਦ ਕਥਾ ਸੁਣੇ ਗੁਰ ਹਿਤ ਚਿਤ ਲਾਣ। ਜਿਹੜੀ ਆਪਾਂ ਸ਼ਾਮ ਦੀ ਡਿਊਟੀ ਕੀਤੀ ਨਾ, ਕੀਰਤਨ ਦੀ, ਰਹਿ ਰਾਸ ਦੀ, ਉਸ ਤੋਂ ਪਹਿਲਾਂ ਕਥਾ ਹੁੰਦੀ ਹੈ ਕੀਰਤਨ ਤੋਂ, ਸੂਰਜ ਅਜੇ ਡੁੱਬਿਆ ਨਹੀਂ ਹੁੰਦਾ,
ਉਦੋਂ ਪਹਿਲੋਂ ਕਥਾ, ਫਿਰ ਕੀਰਤਨ, ਫਿਰ ਰਹਿ ਰਾਸ, ਫਿਰ ਕੀਰਤਨ ਸੋਲਾ, ਫਿਰ ਸ਼ਾਮ ਦੀ ਇਹ ਡਿਊਟੀ। ਦੂਜੀ ਇਹ ਅੰਮ੍ਰਿਤ ਵੇਲੇ ਦੀ, ਹੁਣ ਪੜਿਓ ਗੁਰਸਿੱਖ ਰਹਿਤ ਸੁਣੋ। ਗੁਰਸਿੱਖ ਰਹਿਤ ਸੁਣੋ ਮੇਰੇ ਮੀਤ। ਗੁਰਸਿੱਖ ਨੇ ਜਿਵੇਂ ਕਰਨਾ ਹੈ ਨਾ, ਇਹ ਮੇਰੇ ਮਿੱਤਰੋ ਨੂੰ ਸੁਣ ਲਵੋ। ਉੱਠ ਪ੍ਰਭਾਤ ਕਰੇ ਹਿਤ ਚੀਤ। ਉੱਠਦਿਆਂ ਸਾਰੀ ਰੱਬ ਨਾਲ ਪ੍ਰੀਤ ਲਾਲੋ, ਉੱਠਦਿਆਂ ਸਾਰੀ। ਵਾਹਿ ਮਨ ਗੁਰੂ ਵਾਲੇ ਪਾਸੇ ਲੱਗਿਆ ਹੋਵੇ, ਪੂਰਾ ਅਸੀਂ ਇਸ਼ਨਾਨ ਕਰਨਾ ਹੈ, ਜਾਣਾ ਹੈ, ਵਸਤਰ ਪਾਉਣੇ ਆ, ਤਿਆ ਇਹ ਗੁਰੂ ਸਾਹਿਬ ਨੇ ਇਹ ਵੀ ਵਿੱਚ ਲਿਆ ਹੋਇਆ। ਇੱਕ ਇੱਕ ਕਰਮ ਇਹ ਆ, ਪਹਿਲਾ ਕਰਮ ਉੱਠਦਿਆਂ ਹੀ ਮਨ ਬਾਬਾ ਜੀ ਵਾਲੇ ਪਾਸੇ ਲੈ ਜੇ, ਗੁਰੂ ਸਾਹਿਬ ਵਾਲੇ ਪਾਸੇ ਲੈ ਜੇ, ਸੇਵਾ ਸਿਮਰਨ ਵਾਲੇ ਪਾਸੇ ਲੈ ਜੇ, ਬਹੁਤ ਹਿੱਤ ਚੀਤ ਕਰੇ ਅੱਗੇ ਜੀ। ਵਾਹਿਗੁਰੂ ਪੁਨ ਮੰਤਰ ਸੁਜਾਪ। ਫਿਰ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਜੇ ਉੱਠਦਿਆਂ ਸਾਰੀ, ਵਾਹਿਗੁਰੂ 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 ਕਰਚ ਕਰਦਾ ਫਿਰੇ। ਹਾਂਜੀ, ਕਰ ਇਸ਼ਨਾਨ ਪੜੇ ਜਪ ਜਾਪ। ਉਸ ਤੋਂ ਬਾਅਦ ਫਿਰ ਇਸ਼ਨਾਨ ਕਰੇ, ਫਿਰ ਆ ਜਿਹੜਾ ਜਪ ਕਰੇ ਅਤੇ ਬਾਕੀ ਬਾਣੀਆਂ ਦਾ ਜਾਪ, ਕਿਹੜੀ ਵੀ ਬਾਣੀ ਦਾ ਕਰੇ, ਪੰਜਾਂ ਬਾਣੀਆਂ ਦਾ ਕਰ ਲਏ, ਸੁਖਮਣੀ ਸਾਹਿਬ ਦਾ ਕਰ ਲਏ, ਸ਼ਬਦ ਹਜ਼ਾਰੇ ਕਰ ਲਏ, ਕਹਿੰਦੇ ਨੇ ਫਿਰ ਇਹ ਬਾਣੀਆਂ ਦਾ ਪਾਠ ਕਰੇ ਅੱਗੇ ਜੀ। ਦਰਸ਼ਨ ਕਰੇ ਮੇਰਾ ਪੁਨ ਆਏ। ਫਿਰ ਆ ਕੇ ਮੇਰੇ ਦਰਸ਼ਨ ਕਰੇ ਇੱਥੇ, ਗੁਰੂ ਸਾਹਿਬ ਨੇ ਕਿਹਾ। ਅਦਬ ਸਿਉਂ ਬੈਠ ਰਹੇ ਚਿੱਤ ਲਾਏ। ਫਿਰ ਬੜੇ ਅਦਬ ਨਾਲ ਬੈਠ, ਇਹ ਜਿਹੜਾ ਸ਼ਾਮ ਨੂੰ ਰਹਿ ਰਸ ਕਰੀਦੀ, ਕੀਰਤਨ ਕਰੀਦਾ, ਕੀਰਤਨ ਸੋਲਾ ਕਰੀਦਾ, ਗੁਰੂ ਸਾਹਿਬ ਦੀ ਸੇਵਾ ਕਰੀਦੀ, ਅੰਮ੍ਰਿਤ ਵੇਲਾ ਸੰਗਤ ਨਾਲ ਕਰੀਦਾ, ਜਪਜੀ ਸ਼ਬਦ ਯਾਰੇ ਸੁਖਣੀ ਦੇ ਪਾਠ ਸੁਣ ਲਈਏ ਜਾਂ ਕਰ ਲਈਏ, ਬਸ ਇਹਦਾ ਫਲ ਇੰਨਾ ਹੋਇਆ ਹੈ ਕਿ ਗੁਰੂ ਸਾਹਿਬ ਸੁਣੋ ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਏ। ਕਹਿਤ ਨਾਨਕ ਸੱਚੇ ਸਿਓ ਪ੍ਰੀਤ ਲਾਏ, ਚੁੱਕੇ ਮਨ ਅਭਿਮਾਨ। ਜੇ ਤੂੰ ਸੱਚੇ ਵਾਹਿਗੁਰੂ ਨਾਲ ਪ੍ਰੀਤੀ ਲਏਗਾ, ਤੇਰੇ ਮਨਾਂ ਦੇ ਹੰਕਾਰ ਖਤਮ ਹੋ ਜਾਣਗੇ ਅੱਗੇ। ਕਹਿਤ ਸੁਨਤ ਸਭੇ ਸੁਖ ਪਾਵੇ, ਮਾਨਤ ਪਾਹੇ ਨਿਧਾਨਾ। ਕਹਿਣ ਵਾਲੇ ਸੁਣਨ ਵਾਲੇ ਸਾਰੇ ਸੁੱਖ ਪਾਉਣਗੇ, ਅਤੇ ਜੇ ਤੂੰ ਮੰਨੇਗਾ ਤੈਨੂੰ ਖਜ਼ਾਨਾ ਮਿਲ ਜਾਏਗਾ। ਨਿਧਾਨਾ ਤੋਂ ਪਾਵੇ ਕਿ ਬੜਾ ਵੱਡਾ ਕੋਈ ਖਜ਼ਾਨਾ ਹੱਥ ਲੱਗ ਗਿਆ, ਬੜੀ ਵੱਡੀ ਕੋਈ ਚੀਜ਼ ਹੱਥ ਲੱਗ ਗਈ, ਨਹੀਂ ਮੁੱਕਣ ਵਾਲੀ, ਨਹੀਂ ਖਤਮ ਹੋਣ ਵਾਲੀ, ਵਧੀ ਜਾਣੀ ਹੈ। ਐਸਾ ਨਿਧਾਨਾ ਮਿਲੇਗਾ, ਮੰਨੇਗਾ ਤਾਂ ਪੂਰਾ ਥਾਟ ਬਣਾਇਆ ਪੂਰੇ ਮੁੜ ਤੋਂ, ਪੂਰਾ ਥਾਟ ਬਣਾਇਆ ਪੂਰੇ, ਵੇਖੋ ਇੱਕ ਸਮਾਨਾ। ਅਜੇ ਮੇਰਾ ਕਾਰਨ ਕਿ ਪਾਠ ਦੇ ਮਾਧੀ ਅਜੇ ਅਰਦਾਸ ਤਾਂ ਨਹੀਂ ਹੋਈ, ਦਸ ਦਿਨਾਂ ਵਿੱਚ ਅੱਠ ਅੱਠ ਬਣ ਗਿਆ, ਭਾਵੇਂ ਕਲਯੁਗ ਵੀ ਆਇਆ ਵਿੱਚ,
ਉਹਦੀ ਚੱਲੀ ਨਹੀਂ। ਆਹ ਵੇਖੋ ਕਿਵੇਂ ਇਹ ਨਾਮ ਦੀ ਬਰਕਤ ਹੈ। ਕਹਿੰਦੇ ਵੀ ਮੈਂ ਤਾਂ ਆਰਾਮ ਫਰਮਾ ਰਿਹਾ ਅਤੇ ਮੇਰਾ ਸਾਹਿਬ ਕੰਮ ਕਰਵਾ ਰਿਹਾ, ਅਸੀਂ ਤਾਂ ਰਜਾਈ ਲੈ ਕੇ ਆਰਾਮ ਕਰੀਦਾ। ਉਹ ਆ ਸਾਰੀਆਂ ਕੰਧਾਂ ਕੁੰਧਾਂ ਬਣਾਉਂਦੇ ਫਿਰਦੇ ਨੇ, ਹਾਲ ਬਣਾਉਂਦੇ ਫਿਰਦੇ ਆ, ਸਮਾਂ ਸੰਪੜ ਦਾ ਥਾਂ ਬਣ ਗਿਆ। ਪਹਿਲੋਂ ਕੀ ਸੀ ਜਦੋਂ ਆਪਾਂ ਪਹਿਲੇ ਦਿਨ ਆਏ, ਅਤੇ ਇਹ ਨਾਮ ਦੇ ਕਰਕੇ ਬਣਿਆ। ਕਿਸੇ ਦੀ ਸਿਆਣਪਣੀ, ਜਿਹੜੇ ਸਾਡੇ ਆਗੂ ਸੀ ਉਹ ਤਾਂ ਕਲਯੁੱਗ ਦੀ ਝੋਲੀ 'ਚ ਪੈ ਗਏ ਸੀ ਸਾਰੇ। ਬਾਬਾ ਜੀ ਨੇ ਕਰਾਮਾਤ ਦਿਖਾਈ, ਸਾਰੀ ਬਰਕਤ ਵਰਤਾਈ। ਦਸ ਦਿਨਾਂ ਵਿੱਚ ਕਹਿੰਦੇ ਠਾਠ ਬਣ ਗਿਆ, ਪੂਰਾ ਥਾੜ ਬਣਾਇਆ, ਪੂਰੇ ਵੇਖੋ ਇੱਕ ਸਮਾਨਾ। ਹਾਂਜੀ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਤਰੋ ਗੁਮਾਨਾ। ਇਹਦੇ ਵਿੱਚ ਸੱਚੇ ਨਾਮ ਦੀ ਵਡਿਆਈ, ਐਵੇਂ ਕੋਈ ਹੰਕਾਰ ਨਾ ਕਰ ਬੈਠਿਓ। ਕੋਈ ਵੀ ਕਰਨ ਵਾਲਾ, ਸੇਵਾ ਕਰਨ ਵਾਲਾ, ਇੱਥੇ ਕੰਮ ਕਾਜ ਕਰਨ ਵਾਲਾ, ਹੰਕਾਰ ਨਾ ਕਰ ਬੈਠਿਓ। ਇਹਦੇ ਵਿੱਚ ਜਿਹੜੇ ਮਾਂ ਸੰਪੜ ਚੱਲਦੇ ਪਏ ਨੇ, ਜਿਹੜੇ ਰਹਿਣ ਸਮਾਈਆਂ ਹੁੰਦੀਆਂ, ਜਿਹੜੇ ਸੁਖਮਣੀ ਦੇ ਪਾਠ ਚੱਲਦੇ ਆ, ਸੰਗਤਾਂ ਕਰ ਰਹੀਆਂ, ਪਹਿਰੇ ਦਿੱਤੇ ਜਾ ਰਹੇ ਨੇ, ਇਹ ਸਾਰਾ ਕਰਾਮਾਤ ਇਸ ਚੀਜ਼ ਦੀ ਹੈ। ਐਵੇਂ ਕੋਈ ਮਾਣ ਨਾ ਕਰ ਬੈਠਿਓ, ਮਤ ਕੋ ਧਰਿਓ ਗੁਮਾਨਾ। ਪੂਰੀ ਵਡਿਆਈ ਉਹਦੇ ਨਾਮ ਦੀ, ਇਹ ਗੁਰਸਾਹਿਬ ਦੀ ਕਿਰਪਾ ਹੈ, ਬਖਸ਼ਿਸ਼ ਹੈ। ਜਿੱਥੇ ਆਪਾਂ ਬੈਠੇ ਗੁਣ ਗਾ ਰਹੇ ਹਾਂ, ਨਾਮ ਜਪ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਸੇਵਾ ਹੋ ਰਹੀ, ਪਤਾ ਨਹੀਂ ਕਿੰਨੀ ਕੁ ਸੁਭਾਗੀ ਧਰਤੀ ਬਣ ਗਈ ਭਾਗਾਂ ਵਾਲੀ। ਅਤੇ ਅੰਮ੍ਰਿਤ ਵੇਲਾ ਸੰਭਾਲੋ, ਗੁਰੂ ਸਾਹਿਬ ਦੇ ਚਰਨਾਂ 'ਚ ਆਓ। ਸਾਡਾ ਹੁੰਦਾ ਵੀ ਜੇ ਹਿੰਦੂ ਧਰਮ ਵਿੱਚ ਕਿ ਜੇ ਮਾਘ ਦਾ ਮਹੀਨਾ ਆਇਆ ਨਾ, ਪੂਰਾ ਮਹੀਨਾ ਇੱਕ ਸਾਖੀ ਮਾਘ ਦੀ ਜ਼ਰੂਰ ਸੁਣੋ। ਮਾਘ ਦੇ ਮਹੀਨੇ ਦੀ ਕੱਲ੍ਹ ਸੁਣਾਈ ਸੀ ਅਸੀਂ ਕਿ ਇੱਕ ਬੀਬੀ ਲੁਧਿਆਣੇ ਦੀ ਸੀ, ਜਿਹਨੂੰ ਪ੍ਰੋਫੈਸਰ ਨੇ, ਜੋਤਸ਼ੀ ਨੇ, ਵੱਡੇ ਜੋਤਸ਼ੀ ਨੇ ਕਿਹਾ ਸੀ ਕਿ ਤੁਹਾਡੇ ਕੰਮ ਵੀ ਰੁਕ ਜਾਣਗੇ, ਤੇਰਾ ਅੱਧਾ ਸਰੀਰ ਖੜ ਜਾਏਗਾ। ਉਹ ਫਿਰ ਸਾਡੇ ਕੋਲ ਮਾਘ ਦੇ ਮਹੀਨੇ 'ਚ ਆ ਗਈ, ਉੱਥੇ ਸੇਵਾ ਕਰਾ ਰਹੇ ਸੀ ਲੁਧਿਆਣੇ ਨਹਿਰ ਵਾਲੇ ਗੁਰਦੁਆਰੇ, ਜਿੱਥੋਂ ਹੁਣ ਸੜਕ ਕੱਢੀ ਨਾ ਉਹਨਾਂ ਨਹਿਰ ਦੇ ਨਾਲ ਨਾਲ, ਉੱਥੇ ਅਸੀਂ ਘਾਹ ਲਾਉਂਦੇ ਪਏ ਸੀ, ਪਾਰਕ ਬਣਾਉਂਦੇ ਪਏ ਸੀ। ਉਹਨੇ ਅੱਖਾਂ ਬੰਦ ਅਤੇ ਗੱਲ ਹੀ ਨਾ ਕਰੀ, ਕਹਿੰਦੀ ਸਾਡੇ 'ਤੇ ਪੂਰੀ ਸਾੜ ਸਦੀ ਦੱਸਿਆ ਸੀ ਸਾਨੂੰ ਜੋਤਸ਼ੀ ਨੇ। ਕਹਿੰਦੇ ਮੈਂ ਤਾਂ ਆਕੜ ਕੇ ਕਹਿਤਾ ਸੀ ਵੀ ਅਸੀਂ ਰਾੜਾ ਸਾਹਿਬ ਜਾਂਦੇ ਹਾਂ, ਨਾਨਕਸਰ ਜਾਂਦੇ ਹਾਂ, ਲਿਬੜਾ ਟਰਾਂਸਪੋਰਟ ਵਾਲਿਆਂ ਦੇ ਘਰੋਂ ਬੀਬੀ ਸੀ, ਪ੍ਰਿੰਸੀਪਲ ਸੀ, ਅਤੇ ਕਿਸੇ ਕਾਲਜ ਸਕੂਲ 'ਚ ਲੱਗੀ ਹੋਈ ਸੀ, ਅਤੇ ਸਾਡੇ 'ਤੇ ਤੇਰਾ ਜੋਤਸ਼ ਨਹੀਂ ਚੱਲਣਾ, ਇਹ ਸਾਡੇ ਨਾਲ ਹੋਣਾ ਹੀ ਨਹੀਂ, ਸਾਡੇ ਕੰਮ ਨਹੀਂ ਕੋਈ ਖਰਾਬ ਕਰ ਸਕਦਾ, ਮੇਰਾ ਅੱਧਾ ਸਰੀਰ ਨਹੀਂ ਖੜ ਸਕਦਾ। ਪਰ ਕਹਿੰਦੀ ਜਿਵੇਂ ਉਹਨੇ ਦੱਸਿਆ ਸੀ ਉਵੇਂ ਨੁਕਸਾਨ, ਜਿਵੇਂ ਉਹਨੇ ਕਿਹਾ ਸੀ ਵੀ ਮਾਘ ਦੇ ਮਹੀਨੇ ਵਿੱਚ
ਅੱਧੀ ਜਨਵਰੀ ਤੋਂ ਬਾਅਦ ਤੇਰਾ ਅੱਧਾ ਧੜ ਖੜ ਜਾਏਗਾ। ਉਸ ਉਹ ਵੀ ਕਹਿੰਦੇ ਮੇਰਾ ਸਰੀਰ ਹੁਣ ਕੰਬੀ ਜਾਂਦਾ ਹੈ ਅਤੇ ਐਡਾ ਵੱਡਾ ਪਾਪ ਕੌਣ ਲਾਏਗਾ। ਫਿਰ ਮੈਂ ਸੁਖਮਨੀ ਸਾਹਿਬ ਦੀਆਂ ਪੰਕਤੀਆਂ ਸੁਣਾ ਕੇ ਕਿ ਮਨ ਮੇਰੇ ਤਿੰਨ ਕੀ ਉੱਠ ਲਏ, ਉਹਦੇ ਵਿੱਚ ਇਹ ਗਾਏ ਦਿਸਕੇ ਦਰਸ ਸਭ ਪਾਪ ਮਿਟਾਵੇ। ਤੁਸੀਂ ਬਾਬਾ ਕੁੰਦਨ ਸਿੰਘ ਜੀ ਕੋਲ ਚਲੇ ਜਾਓ ਨਾਨਕ ਸਰ ਅਤੇ ਮੈਨੂੰ ਦੱਸ ਕੇ ਜਾਇਓ ਮੁੜਦੇ ਕੀ ਹੋਇਆ ਤੁਹਾਡੇ ਨਾਲ, ਪ੍ਰਸ਼ਾਦ ਲੈ ਜਿਓ। ਉਹ ਗੁਰੂ ਸਾਹਿਬ ਦੀ ਸੇਵਾ ਕਰਕੇ ਆਉਣਗੇ, ਪਰ ਜੇ ਉਹਨਾਂ ਤੁਹਾਡਾ ਬੇਨਤੀ ਸੁਣ ਲਈ ਫਿਰ ਵੀ ਠੀਕ ਹੈ, ਜੇ ਉਹਨਾਂ ਨੇ ਨਿਗਾਹ ਪਾ ਦਿੱਤੀ ਤੁਹਾਡੇ 'ਤੇ ਫਿਰ ਵੀ ਠੀਕ ਹੈ, ਜੇ ਨਾ ਨਿਗਾਹ ਪਾਉਣ ਨਾ ਬੇਨਤੀ ਸੁਣਨ ਤੁਸੀਂ ਦਰਸ਼ਨ ਕਰ ਲਓ ਫਿਰ ਵੀ ਬੱਲੇ ਬੱਲੇ ਆ। ਦਸਕੇ ਦਰਸਾ ਪਾਪ ਉਹ ਗਏ, ਵਾਪਸੀ ਆਣ ਕੇ ਉਹਨਾਂ ਨੇ ਮੈਨੂੰ ਸੁਣਾਇਆ, ਕਹਿੰਦੀ ਜਦੋਂ ਮੈਂ ਬਾਬਾ ਜੀ ਦੇ ਦਰਸ਼ਨ ਕੀਤੇ ਨਾ ਮੇਰਾ ਸਰੀਰ ਕੰਬਿਆ, ਬੜਾ ਹੀ ਕੰਬਿਆ। ਚਰਨਾਟ ਜੀ ਆਈ ਅਤੇ ਉਹਨਾਂ ਨੇ ਨਿਗਾਹ ਵੀ ਪਾਈ ਮੇਰੇ 'ਤੇ ਜੋ ਸਰੀਰ ਕੰਬਿਆ, ਮੈਂ ਦਰਸ਼ਨ ਵੀ ਕੀਤੇ, ਬਸ ਇੰਨਾ ਹੀ, ਬੇਨਤੀ ਨਹੀਂ ਕੋਈ ਹੋ ਸਕੀ। ਅੰਦਰ ਕੋਈ ਜਾਣ ਨਹੀਂ ਦਿੰਦਾ ਸੀ, ਉਹ ਸੁਖਮਣੀ 'ਚ ਵਾਰ ਵਾਰ ਸਟੂਲ 'ਤੇ ਬੈਠੇ ਸੀ, ਅਸੀਂ ਕਮਰੇ 'ਚੋਂ ਦਰਸ਼ਨ ਕਰਦੇ ਸੀ। ਉਸ ਤੋਂ ਬਾਅਦ ਫਿਰ ਉਹ ਆਉਣ ਲੱਗ ਪਈ ਇੱਥੇ ਨਹਿਰ ਵਾਲੇ ਗੁਰਦੁਆਰੇ। ਫਿਰ ਮੈਂ ਪੁੱਛਾਂ ਦੱਸੋ ਹੁਣ, ਕਹਿੰਦੀ ਹੁਣ ਬਿਲਕੁਲ ਕੋਈ ਉਹਦੇ ਵਾਲਾ ਕੰਮ ਨਹੀਂ ਹੋਇਆ, ਟਰੱਕ ਜ਼ਰੂਰ ਖਰਾਬ ਹੋਏ ਆ, ਟਰਾਂਸਪੋਰਟ 'ਚ ਵਿਘਨ ਪਏ ਨੇ। ਉਹਨੇ ਕਿਹਾ ਸੀ ਕੰਮ ਵੀ ਠੱਪ, ਅੱਧਾ ਸਰੀਰ ਵੀ ਖਤਮ, ਤੂੰ ਐਵੇਂ ਹੀ ਰਹੇਗੀ ਚੇਅਰ 'ਤੇ ਜਾਂ ਬੈੱਡ 'ਤੇ, ਥਰੜਾ ਧੜ ਕੰਮ ਨਹੀਂ ਕਰੇਗਾ। ਮੈਂ ਕਿਹਾ ਹੁਣ ਜਾਓ ਉਹਦੇ ਕੋਲ। ਮਾਘ ਦਾ ਮਹੀਨਾ ਪੂਰਾ ਉਹਨਾਂ ਨੇ ਕੀਤਾ, ਉਸ ਤੋਂ ਬਾਅਦ ਉਹ ਬੀਬੀ ਉੱਥੇ ਗਈ, ਉਹ ਹੈਰਾਨ ਹੋ ਗਿਆ ਕਿ ਮੈਂ ਪੜ੍ਹਾਈ ਕੀਤੀ ਜੋਤਿਸ਼ ਦੀ, ਐੱਮ ਏ ਜਿੰਨੀ ਪੜ੍ਹਾਈ ਹੈ ਜੋਤਿਸ਼ ਦੀ, ਜੇ ਜੋਤਿਸ਼ ਪੂਰਾ ਕਰਨਾ ਹੋਵੇ ਨਾ, ਜਿੰਨੀ ਮੈਟ੍ਰਿਕ ਤੋਂ ਬਾਅਦ ਬੀ ਏ ਐੱਮ ਏ ਕਰਨ 'ਤੇ ਜ਼ੋਰ ਲੱਗਦਾ ਹੈ 5-6 ਸਾਲ, ਉਵੇਂ ਜੋਤਿਸ਼ 'ਤੇ 5-6 ਸਾਲ ਪੜ੍ਹਨਾ ਪੈਂਦਾ ਜਾ ਕੇ ਕਾਂਸ਼ੀ ਦੇ ਵਿੱਚ ਪੰਡਤਾਂ ਤੋਂ ਵਿਦਵਾਨਾਂ ਤੋਂ। ਇਹ ਵੀ ਇੱਕ ਵੇਦਾਂ ਦੀ ਪੜ੍ਹਾਈ, ਅਤੇ ਬਿਲਕੁਲ ਤੁਸੀਂ ਦੱਸ ਦਿਓਗੇ ਕੀ ਹੋਣਾ ਹੈ, ਕਿਵੇਂ, ਕਿੰਨੇ ਵਜੇ, ਸਾਰੇ ਕੋਈ ਜਨਮ ਕੁੰਡੀਆਂ ਸਭ ਕੁਝ ਵਿੱਚ ਹੀ ਆ ਜਾਏਗਾ, ਹਰ ਚੀਜ਼ ਪੂਰੇ ਜੋਤਿਸ਼ੀ ਮਾਹਰ ਬਣ ਜਾਓਗੇ। ਉਹ ਕਹਿੰਦਾ ਮੈਂ ਇੰਨੀ ਪੜ੍ਹਾਈ ਕੀਤੀ ਸੀ, ਇਹ ਕਿਵੇਂ ਹੋ ਗਿਆ, ਇਹ ਜੋਤਿਸ਼ ਮੇਰਾ ਫੇਲ ਨਹੀਂ ਹੋ ਸਕਦਾ। ਉਹਨੇ ਕਿਹਾ ਬਸ ਮਹਾਂਪੁਰਖ ਮਿਲ ਗਏ, ਬਾਬਾ ਕੁੰਦਨ ਸਿੰਘ ਜੀ ਨਾਨਕਸਰ ਵਾਲੇ, ਉਹਨਾਂ ਦੇ ਸਾਰੇ ਮਾੜੇ ਕਰਮ ਮੇਟ ਤੇ, ਉਹਨਾਂ ਦੇ ਦਰਸ਼ਨ ਨਹੀਂ। ਸੰਗਤ ਕਰੀਏ ਤੇ ਫਿਰ ਪਤਾ ਨਹੀਂ ਕੀ ਕੁਝ ਹੋ ਜਾਂਦਾ। ਇਹ ਮਾਘ ਦੇ ਮਹੀਨੇ ਦਾ ਫਲ ਹੈ। ਇੱਥੇ ਸਾਡੇ ਕੋਲ ਮਾਘ ਇੱਥੇ ਸ਼ੁਰੂ ਕਰਾਇਆ ਸੀ ਅਸੀਂ ਸੰਗਤਾਂ ਤੋਂ, ਬੜੇ ਗੁਰਮੁਖ ਪਿਆਰੇ ਸੈਂਗਲਾਂ 'ਤੇ ਆਣ ਕੇ ਰੌਲਾ ਲਾਉਂਦੇ ਸੀ। ਇਸ ਮੁਹੱਲੇ ਦੇ ਨੇੜੇ ਮਹਾਰਾਜ ਨਗਰ ਦੇ, ਗੋਬਿੰਦ ਨਗਰ ਦੇ ਆ ਗੁਰਮੁਖ ਪਿਆਰੇ ਬਿੱਲੇ ਹੋਣੀ ਵੀ,
ਹੋਰ ਵੀ ਬੜੇ ਸਾਰੇ ਮਾਘ ਦੇ ਮਹੀਨੇ 'ਚ ਪਾਠਾਂ 'ਤੇ ਰੌਲਾ ਲਾਉਂਦੇ ਸੀ, ਬਾਬਾ ਜੀ ਦੀਆਂ ਮਿਹਰਾਂ ਵਰਤ ਰਹੀਆਂ ਸੀ। ਇਹ ਕਈ ਸਾਲਾਂ ਦਾ ਪਰਿਵਾਰ ਨਾ ਹਿੰਦੂਆਂ ਦਾ ਸੀ, ਬਿਜਲੀ ਘਰ ਵਿੱਚ ਰਹਿੰਦੇ ਸੀ, ਨੌਕਰੀ ਕਰਦੇ ਸੀ, ਇੱਥੇ ਬਦਲੀ ਹੋ ਗਈ। ਉਹਨਾਂ ਨੇ ਕਿਹਾ ਵੀ ਪੁੱਤਰ ਵਾਸਤੇ ਅਸੀਂ 2-3 ਸਾਲ ਵੈਸ਼ਨੋ ਦੇਵੀ ਹਾਜ਼ਰੀਆਂ ਭਰਦੇ ਰਹੇ, ਕੋਈ ਨਹੀਂ, 4 ਤੀਰਥਾਂ 'ਤੇ ਵੀ ਗਏ ਪੁੱਤਰ ਵਾਸਤੇ, 4 ਧਾਮਾਂ ਦੀ ਯਾਤਰਾ ਕੀਤੀ। ਹਿੰਦੂ ਧਰਮ 'ਚ 4 ਧਾਮ ਮੁੱਖ, ਸਾਡੇ ਪੁੱਤਰ ਨਹੀਂ ਹੋਇਆ। ਫਿਰ ਆ ਸਾਡੀ ਡਿਊਟੀ ਹੁਣ ਇੱਥੇ ਲੱਗ ਗਈ, ਇੱਥੇ ਵੀ ਅਸੀਂ ਬੜੇ ਥਾਵਾਂ 'ਤੇ ਗਏ ਹਾਂ, ਪਰ ਸਾਡੇ ਘਰ ਔਲਾਦ ਨਹੀਂ ਹੈਗੀ। ਮੈਂ ਕਿਹਾ ਹੁਣ ਮਾਘ ਦਾ ਮਹੀਨਾ ਆ ਗਿਆ, ਬਾਬਾ ਜੀ ਵੀ ਆਉਂਦੇ ਹੁੰਦੇ ਸੀ ਉਦੋਂ, ਬਾਬਾ ਜੀ ਦੇ ਦਰਸ਼ਨ ਕਰਿਆ ਕਰੋ ਆਣ ਕੇ ਸ਼ਾਮ ਨੂੰ ਡਿਊਟੀ ਤੋਂ ਬਾਅਦ, ਦੋਨੋਂ ਪਤੀ ਪਤਨੀ ਸੀ, ਬਾਬਾ ਜੀ ਦੇ ਦਰਸ਼ਨ ਕਰਿਓ। ਅਤੇ ਰੋਜ਼ ਮਾਘ ਦਾ ਮਹੀਨਾ ਸਵੇਰੇ 4 ਵਜੇ ਆਣ ਕੇ ਇੱਥੇ ਨਾਲੇ ਕੀਰਤਨ ਸੁਣਿਆ ਕਰੋ, ਨਾਲੇ ਹੁਕਮਨਾਵਾਂ, ਨਾਲੇ ਸਾਰੇ ਠਾੜ 'ਚ ਝਾੜੂ ਲਾਉਣਾ। ਉਹਨਾਂ ਨੇ ਪਹਿਲੀ ਮਾਘ ਤੋਂ ਸ਼ੁਰੂ ਕੀਤਾ ਝਾੜੂ ਲਾਉਣਾ, ਕੀਰਤਨ ਸੁਣਨਾ। ਸ਼ਾਮ ਨੂੰ ਬਾਬਾ ਜੀ ਕਿਤੇ ਆ ਜਾਂਦੇ ਸੀ ਦਰਸ਼ਨ ਕਰਨੇ, ਸ਼ਾਮੀ ਰਹਿਰਾਸ ਦੀ ਚੌਂਕੀ 'ਚ ਹਾਜ਼ਰੀ ਭਰਨੀ। ਅੰਮ੍ਰਿਤ ਵੇਲੇ 4 ਵਜੇ ਆ ਜਾਂਦੇ ਸੀ, ਨਾਲੇ ਕੀਰਤਨ ਸੁਣਨਾ, ਨਾਲੇ ਝਾੜੂ ਲਾਉਣਾ। 1 ਮਹੀਨਾ ਉਹ ਇਵੇਂ ਹੀ ਕਰਦੇ ਰਹੇ ਮਾਘ ਦਾ। ਹਿੰਦੂ ਪਰਿਵਾਰ ਸੀ ਜਿਨ੍ਹਾਂ ਨੇ ਵੈਸ਼ਨੋ ਦੇਵੀ 4 ਸਾਲ ਹਾਜ਼ਰੀਆਂ ਭਰੀਆਂ, 4 ਧਾਮਾਂ ਦੇ ਦਰਸ਼ਨ ਕੀਤੇ, 8 ਤੀਰਥਾਂ ਦਾ ਮੱਜਣ ਕੀਤਾ। ਇੱਕ ਨਾਲ ਦੇ ਲੱਗਦੇ ਗੁਰਦੁਆਰੇ ਨਾਨਕਸਰ ਯੂਨੀਵਰਸਿਟੀ ਵਾਲੇ 8 'ਚ 1 ਮਹੀਨਾ ਉਹਨਾਂ ਨੇ ਕੀਤੀ ਸੇਵਾ। ਧੰਨ ਬਾਬਾ ਕੁੰਦਨ ਸਿੰਘ ਜੀ ਦੇ ਦਰਸ਼ਨ ਕੀਤੇ, ਗੁਰੂ ਗ੍ਰੰਥ ਸਾਹਿਬ ਦੇ ਕੀਤੇ। ਆਉਂਦੇ ਮਾਘ ਉਹਨਾਂ ਨੂੰ ਬੜਾ ਹੀ ਸੋਹਣਾ ਬੱਚਾ ਮਿਲਿਆ, ਪੁੱਤਰ ਮਿਲਿਆ ਕਈ ਸਾਲਾਂ ਬਾਅਦ। ਐਡਾ ਵੱਡਾ ਮਾਘ ਦਾ ਮਹਾਤਮੇ ਕਿ ਜਨਮ ਕਰਮ ਮਲ ਉਤਰੇ, ਮਨ 'ਤੇ ਜਾਏ ਗੁਮਾਨ। ਤੁਹਾਡੇ ਜਨਮ ਦੀ ਮੈਲ, ਕਰਮ ਦੀ ਮੈਲ ਮਾਘ ਲਾ ਕੇ ਧੋ ਕੇ ਰੱਖ ਦੇਗਾ, ਜੇ ਤੁਸੀਂ ਮਾਘ ਦਾ ਮਹੀਨਾ ਪੂਰਾ ਸਫਲਾ ਕਰ ਲਵੋ। ਸਾਰੇ ਸਵੇਰੇ ਪਾਠ ਤੁਹਾਨੂੰ ਸੁਖਮੀ ਦਾ ਇੱਥੇ ਲਾਇਆ ਲੁਧਿਆਣੇ ਵਾਲਿਆਂ ਨੂੰ, ਅਤੇ ਮਾਂ ਸੰਪੜ ਪਾਠ ਰੱਖੇ ਆ। ਇੱਥੇ ਫਲ ਬਹੁਤ ਵੱਡਾ ਹੈ ਇਹ ਜਪ ਤਪ ਕਰਕੇ। ਸਾਰੀ ਸੰਗਤ ਸਿਮਰਨ ਕਰੋ, ਦਰਸ਼ਨ ਕਰੋ, ਮਾਘ ਦਾ ਮਹਾਤਮ ਫਲ ਵੱਡਾ ਹੈ। ਗੁਰੂ ਸਾਹਿਬ ਨੇ ਬਾਣੀ 'ਚ ਕਿਹਾ ਹੈ, ਮਾਘ ਪੁਨੀਤ ਪਏ ਪੜਿਓ ਗੁਣ ਗਾਇਆ। ਇਹ ਗੁਰੂ ਨਾਨਕ ਦੇਵ ਜੀ ਦਾ, ਆਪਾਂ 5ਵਾਂ ਪਾਤਸ਼ਾਹ ਦਾ ਪੜ੍ਹਦੇ ਹਾਂ, ਮਾਘ ਮਜਨ ਸਿੰਘ ਸਾਧੂਆਂ ਪੜਿਓ। ਮਾਘ ਪੁਨੀਤ ਪਏ ਗੁਣ ਗਾਇਆ ਤੁਖਾਰੀ ਵਿੱਚ।
ਬਾਰਾ ਮਾਂ ਤੁਖਾਰੀ ਰਾਗ ਦੇ ਨੇ ਬਾਰਾਂ ਪਾੜੋ ਸ਼ਬਦ ਦੇ ਵਿੱਚ ਦੋ ਬਾਰਾਂ ਆ ਜਾਣਗੇ ਇੱਕ ਮਾਜ ਵਾਲਾ ਇੱਕ ਤੁਖਾਰੀ ਵਾਲਾ ਬਾਰ ਹੈ ਮਹਾਂ ਬੱਬੇ ਨੂੰ ਕਰਨਾ ਰਾਧਾ ਹਾ ਉਹਨਾਂ ਦੇ ਦਿਓ ਸਾਹਮਣੇ ਸਤਸਮਣਾ ਕਣ ਮਸੀ ਇਹ ਪਾੜੋ ਨਾਲ ਹੀ ਆ ਜਾਣਾ ਤੁਹਾਡੇ ਤੋਂ ਪਹਿਲਾਂ ਮੈਂ ਕੱਢ ਦੇ ਪੁਨੀਤ ਪਈ ਤੀਰਥ ਅੰਤਰ ਜਾਣੇ ਤਾਂ ਗੁਰੂ ਨਾਨਕ ਸਾਹਿਬ ਦਾ ਮਾਘ ਦਾ ਮਹੀਨਾ ਹੈ ਸ਼ਰਧਾ ਨਾਲ ਪੜਿਓ ਸਾਰੇ ਮਾਘ ਪੁਨੀਤ ਪਈ ਤੀਰਥ ਅੰਤਰ ਜਾਣਿਆ ਕਹਿੰਦੇ ਮਾਘ ਦੇ ਵਿੱਚ ਮੈਂ ਅੰਦਰ ਹਿਰਦੇ 'ਚ ਸਮਝਿਆ ਯਾਨੀ ਕਿ ਹਜ਼ੂਰ ਸਾਹਿਬ ਨਾਨਕਸਰ ਜਾਂ ਅੰਮ੍ਰਿਤਸਰ ਸਮਝਿਆ ਮੈਂ ਆਪਣੇ ਹਿਰਦੇ 'ਚ ਸਮਝਿਆ ਤੀਰਥ ਕਿ ਸਭ ਕੁਝ ਅੰਦਰ ਨਹੀਂ ਕਹਿੰਦੇ ਮੈਂ ਇੰਨਾ ਕੁ ਅਨੁਭਵ ਕਰ ਲਿਆ ਕਿ ਸਾਰੇ ਮੇਰੇ ਅੰਦਰ ਨੇ ਨਾਨਕਸਰ ਵੀ ਮੇਰੇ ਅੰਦਰ ਏ ਅੰਮ੍ਰਿਤਸਰ ਵੀ ਹਜ਼ੂਰ ਸਾਹਿਬ ਵੀ ਸਾਰੇ ਤੀਰਥ ਅਤੇ ਅਨੁਭਵ ਕਰਕੇ ਨਾ ਮੈਂ ਤੀਰਥ ਜਦੋਂ ਇਹ ਮਾਘ ਦਾ ਮਹੀਨਾ ਕੀਤਾ ਹੈ ਅਤੇ ਕਹਿੰਦੇ ਮੈਂ ਪਵਿੱਤਰ ਹੋ ਗਈ ਇੱਕ ਮਹੀਨੇ 'ਚ ਸਾਜਨ ਸਹਿਜ ਮਿਲੇ ਗੁਣ ਗੈ ਅੰਕ ਸਮਾਨਿਆ ਕਹਿੰਦੇ ਉਹਨਾਂ ਦੇ ਗੁਣ ਮੈਂ ਧਾਰਨ ਕੀਤੇ ਉਹਨਾਂ ਮਗਰ ਨਹੀਂ ਭੱਜੀ ਸਿਰਫ ਮੈਂ ਉਹਨਾਂ ਦੇ ਗੁਣ ਧਾਰਨ ਕੀਤੇ ਅਤੇ ਕਹਿੰਦੇ ਬਹੁਤ ਹੀ ਮੈਂ ਸੁਖੀ ਹੋ ਗਈ ਮੈਨੂੰ ਮੇਰੇ ਰੱਬ ਨਾਲ ਹੀ ਮਿਲ ਗਏ ਮੇਰੇ ਅੰਦਰ ਹੀ ਮੈਨੂੰ ਅਨੁਭਵ ਹੋਣ ਲੱਗ ਪਈ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਪਾਵਾਂ ਸਰਨਾਵਾ ਹੇ ਮੇਰੇ ਪ੍ਰੀਤਮ ਗੁਣਾਂ ਦੇ ਖਜ਼ਾਨੇ ਹੇ ਮੇਰੇ ਸੋਹਣੇ ਪ੍ਰਭੂ ਬੰਕੇ ਜਦੋਂ ਮੈਂ ਤੈਨੂੰ ਪਾ ਜਾਵਾਂ ਨਾ ਤਾਂ ਮੇਰੇ ਸਾਰੇ ਇਸ਼ਨਾਨ ਹੋ ਜਾਂਦੇ ਸਾਰੇ
ਮੈਂ ਤੈਨੂੰ ਚੰਗੀ ਲੱਗਾ ਜਦੋਂ ਮੈਂ ਤੈਨੂੰ ਅੰਦਰ ਲਿਆ, ਤੈਨੂੰ ਅਨੁਭਵ ਕੀਤਾ, ਫਿਰ ਮੈਨੂੰ ਸਾਰੇ ਇਸ਼ਨਾਨ ਮੇਰੇ ਸਾਰੇ ਸਰੋਵਰਾਂ ਦੇ ਸਾਰੇ ਤੀਰਥਾਂ ਦੇ ਇਸ਼ਨਾਨ ਹੋ ਗਏ। ਇਹ ਗੱਲਾਂ 'ਚ ਗੱਪਾਂ ਨਹੀਂ ਗੀਆਂ, ਇਹਨੂੰ ਗੱਪਾਂ ਨਾ ਸਮਝਿਆ ਜੀ, ਬਿਲਕੁਲ ਸੱਚਿਆਈ ਹੈ। ਗੰਗ ਜਮਨ ਤਹਿ ਬੇਣੀ ਸੰਗਮ ਸਾਤ ਸਮੁੰਦ ਸਮਾਵਾ, ਕਹਿੰਦੇ ਮੈਂ ਆਪਣੇ ਆਪ 'ਚ ਅਨੁਭਵ ਕੀਤਾ ਮਾਘ ਦੇ ਮੇਲੇ ਵਿੱਚ, ਧਿਆਨ ਤੁਹਾਡੇ ਚਰਨਾਂ 'ਚ ਜੋੜਿਆ, ਸਾਰੇ ਤੀਰਥ ਮੈਂ ਘਰ ਵਿੱਚ ਸਮਝਿਆ, ਬਾਹਰ ਨਹੀਂ ਭੱਜੀ। ਕਹਿੰਦੇ ਗੰਗਾ ਜਮਨਾ ਤਿੰਨੇ ਨਦੀਆਂ ਜਿੱਥੇ ਜੁੜਦੀਆਂ ਨੇ ਉਹ ਅਸਥਾਨ, ਅਤੇ ਸੱਤਾਂ ਸਮੁੰਦਰਾਂ ਦਾ ਇਸ਼ਨਾਨ, ਕਹਿੰਦੇ ਉਹ ਮੈਨੂੰ ਪ੍ਰਾਪਤ ਹੋਇਆ ਹੈ। ਮਾਘ 'ਚ ਸਿਰਫ ਤੁਹਾਨੂੰ ਅੰਦਰ ਵਸਾ ਕੇ ਮਨ ਜੋੜ ਕੇ ਚਰਨਾਂ ਨਾਲ ਸੁੱਚਾ ਮਾਘ ਰੱਖਿਆ, ਕੋਈ ਮਾੜੀ ਨਿਗਾਹ ਨਹੀਂ ਰੱਖੀ, ਮਾੜਾ ਫੁਰਨਾ ਨਹੀਂ ਬਣਨ ਦਿੱਤਾ, ਮਾੜੇ ਖਾਣੇ ਨਹੀਂ ਖਾਧੇ, ਬਸ ਮੈਂ ਆਪਣੇ ਆਪ ਨੂੰ ਪਵਿੱਤਰ ਰੱਖਿਆ ਤੁਹਾਡੇ ਨਾਲ ਜੋੜ ਕੇ। ਸੱਤਾਂ ਸਮੁੰਦਰਾਂ ਦਾ ਸਥਾਨ ਇਸ਼ਨਾਨ, ਸਾਰੇ ਸਰੋਵਰਾਂ ਦਾ ਮੈਨੂੰ ਪ੍ਰਾਪਤ ਹੋਇਆ ਹੈ। ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ, ਕਹਿੰਦੇ ਪੁੰਨ ਦਾਨ ਪੂਜਾ ਪਰਮੇਸ਼ਰ, ਕਹਿੰਦੇ ਯੁੱਗ ਯੁੱਗ ਵਿੱਚ ਹਰ ਯੁੱਗ ਵਿੱਚ ਵਿਆਪ ਵਰਤ ਰਿਹਾ ਹੈ, ਪੁੰਨ ਕਰਦੇ, ਲੋਕ ਦਾਨ ਕਰਦੇ, ਪੂਜਾ ਕਰਦੇ, ਯੁੱਗ ਯੁੱਗ ਵਿੱਚ ਇਹਨੂੰ ਜਾਣਿਆ। ਹਾਂਜੀ, ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਾਤਾ। ਇਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਾਘ ਦੇ ਮਹੀਨੇ ਵਿੱਚ ਮੈਨੂੰ ਰਸ ਨਹੀਂ ਮਹਾਰਸ ਹਰੀ ਜਪ ਕੇ ਮਿਲੇ, ਹਰ ਵਕਤ ਅਤੇ ਸ਼ਾਮਾਂ ਨੂੰ ਅਤੇ ਸਵੇਰੇ ਸਵੇਰੇ ਕੰਮ ਕਰਦੇ ਹਾਂ। ਕਹਿੰਦੇ ਹਰੀ ਮੈਂ ਜਪਿਆ ਏ ਅਤੇ ਮੈਨੂੰ ਮਹਾਰਸ ਬੜਾ ਹੀ ਸਵਾਦ, ਮੈਂ ਦੱਸ ਨਹੀਂ ਸਕਦਾ, ਇੰਨਾ ਸਵਾਦ ਇੰਨਾ ਰਸ ਆਇਆ ਏ ਕਿ ਮੈਨੂੰ 68 ਤੀਰਥਾਂ ਦਾ ਇਸ਼ਨਾਨ ਘਰ ਬੈਠੇ ਨੂੰ ਮਿਲ ਗਿਆ, ਘਰ 'ਚ ਗੰਗਾ ਆ ਗਈ। ਆ ਜੀ ਇੱਥੋਂ ਦਾ ਫਲ, ਤੁਹਾਡੇ ਘਰ ਵਿੱਚ ਹੀ ਤੀਰਥ ਬਣਿਆ ਹੈ, ਗੁਰੂ ਸਾਹਿਬ ਆਏ ਨੇ, ਮਹਾਸੰਪੜ ਪਾਠ ਹੋਏ ਨੇ, ਬਸ ਮਨਾਂ ਚੁੱਭੀਆਂ ਮਾਰ ਮਾਰਨ ਵਾਲਾ, ਦੌੜਾਂ ਨਾ ਲਾਵੀ ਇੱਧਰ ਉੱਧਰ, ਇੱਥੋਂ ਦਾ ਫਲ ਵੀ ਨਹੀਂ ਮਿਲੇਗਾ, ਉੱਥੋਂ ਦਾ ਵੀ ਨਹੀਂ ਮਿਲੇਗਾ। ਇੱਥੇ ਬੈਠਿਆ ਤੁਸੀਂ ਸੋਚੀ ਗਏ ਨਾਨਕ ਸਾਹਿਬ ਜਾਣਾ ਸੀ, ਨਾਨਕ ਸਾਹਿਬ ਜਾਣਾ ਸੀ, ਨਾ ਤੁਹਾਨੂੰ ਉੱਥੋਂ ਦਾ ਮਿਲਣਾ ਨਾ ਇੱਥੋਂ ਦਾ ਮਿਲਣਾ। ਇੱਥੇ ਹੀ ਬੈਠੇ ਕਹੋ ਕਿ ਸਭ ਕੁਝ ਸਾਡਾ ਇੱਥੇ, ਅਸੀਂ ਮਾਘ ਮੰਦਰਾਂ ਸ਼ੁਰੂ ਕਰ ਲਿਆ, ਪਾਠ ਸ਼ੁਰੂ ਕਰ ਲਏ, ਅਤੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਆਪ ਹੀ ਆ ਕੇ ਬਿਨਾਂ ਬੁਲਾਏ, ਬਿਨਾਂ ਸੱਦੇ ਤੋਂ, ਬਿਨਾਂ ਬੇਨਤੀ ਤੋਂ, ਅਤੇ ਸੰਤ ਭਜਨ ਸਿੰਘ ਜੀ ਨੇ ਕਿਹਾ ਦੀਵਾਨ 'ਚ, ਕਹਿੰਦੇ ਆਪ ਦੀਆ ਸੋ ਦੂਧ ਬਰਾਬਰ, ਮੰਗ ਲਈਆ ਸੋ ਪਾਣੀ। ਤੁਹਾਡੇ 'ਤੇ ਆਪ ਤੁੱਟ ਕੇ ਬਾਬਾ ਜੀ ਆਏ ਨੇ, ਇਹ ਦੁੱਧ ਦੇ ਬਰਾਬਰ ਹੈ, ਹੁਕਮਨਾਮਾ ਲਵੋ ਜੀ, ਮੰਗ ਲਈਆ ਸੋ ਪਾਣੀ। ਅਤੇ ਇਵੇਂ ਚਾਹ ਦੇ ਨਾਲ ਕਰੋ ਇੱਥੇ ਭੱਜ ਭੱਜ ਕੇ, ਸ਼ਾਮ ਨੂੰ ਜਦੋਂ ਰਹਿਣ ਸਫਾਈ ਰੱਖੀਏ, ਬਸ ਸਾਰੀ ਰਾਤ ਲਾਹਾ ਖੱਟ ਲਿਆ ਕਰੋ, ਸਵੇਰੇ ਇੱਕ ਘੰਟੇ ਨਾਲ ਰਾਜੋ ਕਰੋਗੇ
ਜਿਹੜੇ ਮਾਘ 'ਚ ਪੂਰੀ ਰਾਤ ਸੌਂਦੇ ਆ ਨਾ, ਸ਼ਾਮ ਤੋਂ ਲੈ ਕੇ ਸਵੇਰ ਤੱਕ, ਉਹ ਅਜੇ ਵਾਸੀਆਂ ਲੈਂਦੇ ਹੋਣਗੇ, ਤੁਹਾਨੂੰ ਵਾਸੀ ਨਹੀਂ ਆਏਗੀ ਮਾਘ 'ਚ, ਸੁਸਤੀ ਨਹੀਂ ਪਏਗੀ, ਪੂਰੀ ਰਾਤ ਲਾ ਲਓ, ਭਾਵੇਂ ਇੱਕ ਘੰਟੇ ਵਿੱਚ ਬਿਲਕੁਲ ਸ਼ਾਂਤ ਹੋ ਜਾਓਗੇ। ਆ ਸਾਡੇ ਵਕੀਲ ਸਾਹਿਬ ਕਹਿ ਰਹੇ ਸੀ ਅਮਨ, ਕਹਿੰਦੇ ਜੀ ਦੋ ਦਿਨ ਮੈਂ ਤੁਰਿਆ, ਮੈਂ ਤਾਂ ਕਦੀ ਮੈਂ ਨੀਂਦਰਾ ਕੱਟੇ ਨਹੀਂ, ਦੋ ਦਿਨ ਹੁਣ ਵੀ ਕਹਿੰਦਾ ਮੈਨੂੰ ਸੁਸਤੀ ਨੇੜੇ, ਇਹ ਕਰੰਟ ਬੜਾ ਹੈ ਮਾਘ ਦੇ ਮਹੀਨੇ 'ਚ। ਪਵਿੱਤਰ ਏ ਤੂੜੀ ਏ ਸਾਧ ਸੰਗਤ ਏ ਸੇਵਾ ਏ, ਮਹਾਰਸ ਗੁਰੂ ਸਾਹਿਬ ਨੇ ਕਿਹਾ ਹੈ। ਅਤੇ ਆ ਜਾਓ ਇਹਨੂੰ ਪੜ੍ਹ ਲਓ ਇੱਕ ਵਾਰੀ, ਮਾਘ ਪ੍ਰੀਤ ਸ਼ਬਦ ਵਾਂਗੂ ਪੜ੍ਹ ਲਈਏ ਆਪਾਂ, ਕਿਸੇ ਤਰਸ 'ਚ ਪੜ੍ਹ ਲਓ ਸੋਹਣੀ ਜੀ 'ਚ। ਮਾਘ ਪੁਨੀਤ ਪਈ, ਮਾਘ ਪੁਨੀਤ ਪਈ, ਮਾਘ ਪੁਨੀਤ ਪਈ, ਤੀਰਥ ਅੰਤਰ ਜਾਲਿਆ, ਮਾਘ ਪੁਨੀਤ ਪਈ, ਤੀਰਥ ਅੰਤਰ ਜਾਲਿਆ, ਸਾਜਨ ਮਿਲੇ ਸਾਜ, ਇੱਕ ਇੱਕ ਵਾਰੀ ਪੜੋ, ਓ ਸਾਜਨ ਸਹਿਜ ਮਿਲੇ, ਗੁਣ ਕੈ ਅੰਕ ਸਮਾਨਿਆ, ਮਾਘ ਪੁਨੀਤ ਪਈ, ਬੋਲੀਓ ਪ੍ਰੀਤਮ ਗੁਣ ਅੰਕੇ, ਸੁਣ ਪ੍ਰਭ ਬੰਕੇ, ਦੁੱਧ ਪਾਵਾਂ ਸਰਨਾਵਾਂ, ਗੰਗ ਜਮਨ ਗੰਗ ਜਮਨ ਤੇ ਬੇਣੀ ਸੰਗਮ, ਸਤ ਸਮੁੰਦ ਸਮਾਵਾਂ, ਪੁਨਦਾਨ ਪੂਜਾ ਪਰਮੇਸ਼ਰ, ਜੁਗ ਜੁਗ ਏਕੋ ਜਾਤਾ, ਨਾਨਕ ਮਾਗ ਮਹਾਰਸ ਹਰ ਜਪ, ਅੱਠ ਸੱਠ ਤੀਰਥ ਮਾਤਾ, ਮਾਘ ਪੁਨੀਤ ਪਈ, ਹਰ ਜਸ ਗਾਇਓ ਸੰਤ ਜਨਾ ਮਿਲ, 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 ਹੋ ਜਨਮ ਕੇ ਦੁੱਖ ਗਵਾਇਓ, ਹੋ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਜੋ ਚਾਹਤ ਸੋਈ ਮਨ ਪਾਇਓ, ਹਰ ਕਿਰਪਾ ਹਰ ਨਾਮ ਦਿਵਾਇਓ, ਹਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ
ਪਾਈ ਮਿਲ ਹਰਿ ਜਸ ਗਾਇਓ ਸੰਤ ਜਨਾ ਮਿਲ ਹਰਿ ਜਸ ਗਾਇਓ ਸੰਤ ਜਨਾ ਮਿਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਜੀ ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ ਵਾਹਿਗੁਰੂ ਜੀ ਦੀ ਨਾਮ ਸਤਿਗੁਰ ਪ੍ਰਸਾਦ ਧਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵਡਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵਡਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਧੰਨ ਗੁਰੂ